ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। 10 ਸਾਲ ਦੇ ਬੱਚੇ ਦੀ ਅਦਭੁਤ ਕਲਾਕਾਰੀ, ਬਣਾਇਆ ਪ੍ਰਕਾਸ਼ਮਾਨ ਸਾਈਕਲ, ਆਨਲਾਈਨ ਵੀਡੀਓ ਤੋਂ ਹੀ ਸਭ ਕੁਝ ਸਿੱਖਿਆ। ਦੋਸਤੋ, ਅਸੀਂ ਰੋਜ਼ ਮਾਰਕੁਟਾਈ, ਐਕਸੀਡੈਂਟ ਤੇ ਕਤਲੋਗਾਰ ਦੀਆਂ ਖਬਰਾਂ ਦੇਖਦੇ ਹਾਂ, ਪਰ ਇਹੋ ਜਿਹੀਆਂ ਖਬਰਾਂ ਬਹੁਤ ਘੱਟ ਦੇਖਦੇ ਹਾਂ ਜੋ ਸਾਡੇ ਪਰਿਵਾਰ ਤੇ ਚੰਗਾ ਅਸਰ ਪਾ ਸਾਡੀ ਜ਼ਿੰਦਗੀ ਦਾ ਰੂਪ ਹੀ ਬਦਲ ਸਕਦੀਆਂ ਨੇ। ਆਲਟੋ ਨਿਊਜ਼ ਫੇਰ ਤੁਹਾਡੇ ਲਈ ਅਜਿਹੀ ਹੀ ਇੱਕ ਰਿਪੋਰਟ ਲੈ ਕੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਬੱਚਿਆਂ ਦੇ ਸ਼ੌਕ, ਹੌਸਲੇ ਤੇ ਨਵੇਂ ਸਿੱਖਣ ਦੀ ਲਾਲਸਾ ਵੱਡੇ ਵੱਡੇ ਇੰਜੀਨੀਅਰਾਂ ਨੂੰ ਹਰਾਉਣ ਦਾ ਦਮ ਰੱਖਦੇ ਹਨ। ਅਜਿਹਾ ਹੀ ਇੱਕ ਬੱਚਾ ਸਾਹਮਣੇ ਆਇਆ ਹੈ ਜਿਸ ਦਾ ਨਾਮ ਗੁਰਨੂਰ ਸਿੰਘ ਹੈ, ਜੋ ਕਿ ਪਿੰਡ ਡਲ, ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਹੈ, ਤੇ ਇਸ ਦੀ ਇਹ ਵੀਡੀਓ ਤੁਹਾਡੇ ਬੱਚਿਆਂ ਲਈ ਪ੍ਰੇਰਣਾ ਸਰੋਤ ਬਣ ਸਕਦੀ ਹੈ। ਇਸ ਨੇ ਪੁਰਾਣੀ ਸਮੱਗਰੀ ਤੋਂ ਇੱਕ ਸਾਈਕਲ ਨੂੰ ਰੋਸ਼ਨੀ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਹੋਰ ਵੀ ਵਧੀਆ ਬਣਾ ਕੇ ਦੁਨੀਆਂ ਵਿੱਚ ਆਪਣਾ ਨਾਮ ਰੋਸ਼ਨ ਕਰਨਾ ਚਾਹੁੰਦਾ ਹੈ। ਇਹ ਵੀਡੀਓ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ, ਕਿਉਂਕਿ ਇਹੋ ਜਿਹੀਆਂ ਵੀਡੀਓ ਦੇਖ ਕੇ ਤੁਹਾਡੇ ਬੱਚੇ ਅੰਦਰ ਵੀ ਅਜਿਹੀ ਕੋਈ ਨਵੇਕਲੀ ਕਲਾ ਜਾਗ ਸਕਦੀ ਹੈ ਤੇ ਉਹ ਵੀ ਤੁਹਾਡਾ ਨਾਮ ਰੋਸ਼ਨ ਕਰਦਾ ਹੋਇਆ ਇੱਕ ਚੰਗੀ ਰਾਹ ਤੇ ਤੁਰ ਸਕਦਾ ਹੈ। ਇਸ ਲਈ ਹੱਥ ਜੋੜ ਕੇ ਸਾਡੀ ਬੇਨਤੀ ਹੈ ਕਿ ਇਹ ਵੀਡੀਓ ਖੁਦ ਵੀ ਦੇਖੋ, ਆਪਣੇ ਪਰਿਵਾਰ ਨੂੰ ਵੀ ਦਿਖਾਓ ਤੇ ਖਾਸ ਕਰਕੇ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਵੀਡੀਓ ਜ਼ਰੂਰ ਦਿਖਾਓ, ਤਾਂ ਕਿ ਤੁਹਾਡੇ ਬੱਚੇ ਅੱਗੇ ਚੱਲ ਕੇ ਸਮਾਜ ਸੇਵਕ ਦੇ ਨਾਲ ਨਾਲ ਸਮਾਜ ਦੇ ਨਿਰਮਾਣ ਕਰਤਾ ਬਣ ਸਕਣ। ਤੁਸੀਂ ਦੇਖ ਰਹੇ ਹੋ ਤਰਨ ਤਾਰਨ ਤੋਂ ਜਗਜੀਤ ਸਿੰਘ ਦੀ ਬੱਚਿਆਂ ਲਈ ਇੱਕ ਖਾਸ ਰਿਪੋਰਟ। ਮੇਰਾ ਨਾਮ ਗੁਰਨੂਰ ਸਿੰਘ ਹੈ। ਸਾਡਾ ਪਿੰਡ ਡਲ ਹੈ। ਉਮਰ ਤੁਹਾਡੀ ਕਿੰਨੀ? ਮੇਰੀ ਉਮਰ ਜੀ 10 ਸਾਲ ਹੈ। ਕਿਸ ਤਰ੍ਹਾਂ ਜਿਹੜਾ ਸ਼ੌਂਕ ਪਿਆ ਕਿ ਜਿਹੜੀ ਆ ਇੰਨੀ ਵਧੀਆ ਤੁਸੀਂ ਲਾਈਟਿੰਗ ਕੀਤੀ ਹੈ? ਮੈਨੂੰ ਇਹ ਚੀਜ਼ ਦਾ ਸ਼ੌਂਕ ਆ, ਮੀਨਿੰਗ ਇਦਾਂ ਹੀ ਵੇਖਦਾ ਹੈ ਕਿ ਲੋਕ ਪਹਿਲੇ ਤੇ ਮੈਨੂੰ ਇਹ ਸ਼ੌਂਕ ਹੈ ਕਿ ਜਿਵੇਂ ਹੁਣ ਕਈ ਲੋਕ ਗਰੀਬ ਲੋਕ ਹੁੰਦੇ ਹਨ, ਉਹਨਾਂ ਕੋਲ ਸਾਈਕਲ ਹੀ ਹੁੰਦਾ ਹੈ ਤੇ ਜਦੋਂ ਕਿ ਯਾਰ ਰਾਤ ਨੂੰ ਮੁਸ਼ਕਲ ਹੁੰਦੀ ਹੈ ਇੱਧਰ ਤੋਂ ਉੱਧਰ ਜਾਣ ਦੀ, ਤੇ ਉਹਨਾਂ ਭਾ ਦੇ ਸਾਈਕਲ ਵਾਸਤੇ ਕੋਈ ਲਾਈਟ ਨਹੀਂ ਹੁੰਦੀ, ਕੋਈ ਹੌਰਨ ਨਹੀਂ ਹੁੰਦਾ। ਇਸੇ ਕਰਕੇ ਮੈਂ ਸੋਚਿਆ ਕਿਉਂ ਨਾ ਆਪਾਂ ਘਰ ਦੇ ਵਿੱਚ ਹੀ ਸਸਤੇ ਰੁਪਏ ਦੇ ਨਾਲ ਸਾਈਕਲ ਮੋਡੀਫਾਈਡ ਕਰੀਏ ਤੇ ਲਾਈਟਾਂ ਲਗਾਈਏ, ਜਿਹਦੇ ਨਾਲ ਮੀਨਿੰਗ ਦੂਸਰੇ ਲੋਕਾਂ ਨੂੰ ਧੁੰਦ ਦੇ, ਹੁਣ ਸਾਰਿਆਂ ਨੂੰ ਪਤਾ ਦੇਣ ਚੱਲ ਰਹੇ ਆ ਤੇ ਐਕਸੀਡੈਂਟ ਜ਼ਿਆਦਾ ਵਾਪਰ ਰਹੇ, ਤੇ ਉਹਦੇ ਕਰਕੇ ਮੀਨਿੰਗ ਜਿਹੜੀਆਂ ਲਾਈਟਾਂ ਹੈ ਉਹ ਆਪਣੇ ਕੰਮ ਆਉਣਗੀਆਂ, ਅਗਲੇ ਮੀਨਿੰਗ ਬੰਦੇ ਨੂੰ ਪਤਾ ਲੱਗ ਜੂਗਾ ਜੇ ਕੋਈ ਸਾਈਕਲ ਤੇ ਵੀ ਜਾ ਰਿਹਾ ਹੈ। ਤੇ ਜਿਸ ਤਰ੍ਹਾਂ ਤੁਸੀਂ ਲਾਈਟਿੰਗ ਕੀਤੀ ਆ, ਇਹਦੇ ਵਿੱਚ ਬੈਟਰੀ ਦੀ ਵਰਤੋਂ ਜਿਹੜੀ ਕੀਤੀ ਤੇ ਕਿਸ ਤਰ੍ਹਾਂ ਉਹ ਬੈਟਰੀ ਦੀ ਵਰਤੋਂ ਕੀਤੀ ਆ, ਕਿੰਨੇ ਫਿਰ ਉਹ ਤੁਹਾਡਾ ਸਹਿਯੋਗ ਕੀਤਾ ਜਾਂ ਖੁਦ ਹੀ ਤੁਸੀਂ ਕੀਤੀ? ਜੀ, ਇਹ ਮੈਂ ਬੈਟਰੀ ਦੀ ਵਰਤੋਂ ਇੱਦਾਂ ਕੀਤੀ ਹੈ ਕਿ ਜਿਹੜੀ ਮੈਂ ਬੈਟਰੀ ਹੈ ਇਹ ਮੇਰੇ ਘਰ ਦੇ ਵਿੱਚ ਬਹੁਤ, ਮੈਨੂੰ 2 ਬੈਟਰੀਆਂ ਮਿਲੀਆਂ ਸੀ, ਉਹਨਾਂ ਵਿੱਚੋਂ ਇਹ ਬਹੁਤ ਜ਼ਿਆਦਾ ਖਰਾਬ ਬੈਟਰੀ ਸੀ ਤੇ ਇਸ ਨੂੰ ਮੈਂ ਘਰੇ ਮੀਨਿੰਗ ਜਿੱਦਾਂ ਕਿ ਇਹਦੇ 'ਚ ਪਾਣੀ ਵਗੈਰਾ ਪਾ ਕੇ ਇਸ ਬੈਟਰੀ ਵਿੱਚ ਤੇ ਇਹਨੂੰ ਇਨਵੇਟਰ ਉੱਤੇ ਚਾਰਜ ਕੀਤਾ ਹੈ ਤੇ ਇਹਦੇ ਉੱਤੇ 12 ਵੋਲਟੇਜ ਦੀ ਬੈਟਰੀ ਹੈ ਸਪਲੈਂਡਰ ਬਾਈਕ ਦੀ, ਤੇ ਇਹਦੇ ਮੈਂ ਚਾਰਜ ਕਰਕੇ ਤੇ ਮੈਂ ਲਾਈਟਸ ਮੇਰੇ ਸਾਈਕਲ ਦੀਆਂ ਚਾਰਜ। ਬੈਟਰੀ ਜਿਹੜੀ ਇਹ ਖਰਾਬ ਹੋਈ ਇਸਤੇਮਾਲ ਕੀਤੀ ਤੁਸੀਂ? ਹਾਂਜੀ, ਇਹ ਮੈਂ ਦੁਬਾਰਾ ਜਿਹੜਾ ਤੁਸੀਂ ਵਰਤੋਂ ਦੇ ਵਿੱਚ ਲੈ ਆਂਦਾ, ਹਾਂਜੀ, ਇਹਨੂੰ ਚਾਰਜ ਫਿਰ ਕਿੱਦਾਂ ਕਰਦੇ ਹੋ? ਇਹਨੂੰ ਹੁਣ ਮੈਂ ਚਾਰਜ ਇਸ ਤਰ੍ਹਾਂ ਕਰਦਾ ਹਾਂ, ਜਿਹੜੇ ਆਪਣੇ ਆਮ ਘਰਾਂ ਵਿੱਚ ਇਨਵੇਟਰ ਹੁੰਦੇ ਹੈ ਉਹਨਾਂ ਮੈਂ ਇਨਵੇਟਰਸ ਨੂੰ ਉੱਤੇ ਦੇ ਜਿਹੜੇ ਮੀਨਿੰਗ ਪਲੱਸ ਮਾਈਨਸ ਦੇ ਜੋੜੇ ਉਹਨਾਂ ਨੂੰ ਦੋਵਾਂ ਨੂੰ ਲਗਾ ਕੇ ਤੇ ਇਹਨੂੰ ਮੈਂ ਰਾਤ ਭਰ ਛੱਡ ਦਿੰਦਾ। ਇੱਦਾਂ ਇਹ ਨਹੀਂ ਕਿ ਆਪਾਂ ਸੋਚਦੇ ਕਿ ਬੈਟਰੀ ਸੜ ਜਾਏਗੀ, ਬੈਟਰੀ ਨਾ ਸੜੇਗੀ ਤੇ ਨਾ ਇਨਵੇਟਰ ਦਾ ਇਹਦੇ ਨਾਲ ਕੋਈ ਮੀਨਿੰਗ ਖਰਾਬ ਹੋਏਗਾ। ਇਹ ਹੋਏਗਾ ਕਿ ਜਦੋਂ ਆਪਣੀ ਬੈਟਰੀ ਚਾਰਜ ਹੋ ਗਈ ਇਨਵੇਟਰ ਨੇ ਇੱਕ ਨਾ ਟੀ ਦੀ ਆਵਾਜ਼ ਕੱਢ ਦੇਣੀ ਹੈ, ਜੇ ਉਹਨੇ ਟੀ ਦੀ ਆਵਾਜ਼ ਕੱਢਤੀ ਐਟੋਮੈਟਿਕ ਹੀ ਇਹਨੇ ਬੈਟਰੀ ਨੇ ਕੱਟ ਕਰ ਜਾਣਾ, ਜਿਹਦੇ ਨਾਲ ਮੀਨਿੰਗ ਨਾ ਇਨਵੇਟਰ ਨੂੰ ਨੁਕਸਾਨ ਹੋਣ ਤੇ ਨਾ ਹੀ ਇਹਨੂੰ ਇਹਨੇ ਉਸੇ ਲਈ ਬੈਟਰੀ ਦੇ ਲੈਣਾ ਛੱਡ ਦੇਣਾ। ਇਹਦੀ ਟ੍ਰੇਨਿੰਗ ਲਈ ਹੈ ਤੁਸੀਂ ਕਿ ਜਾਂ ਤੁਹਾਨੂੰ ਵੈਸੇ ਹੀ ਮਤਲਬ ਨੌਲੇਜ ਇਸ ਚੀਜ਼ ਦੀ?
ਇਹਦੇ ਨਾ ਮੈਂ ਕਿਸੇ ਟ੍ਰੇਨਿੰਗ ਲਈ ਹੈ, ਇਹ ਮੈਨੂੰ ਦੂਜਿਆਂ ਵੱਲੋਂ ਵੇਖ ਵੇਖ ਕੇ, ਜਿਵੇਂ ਹੁਣ ਕਈ ਲੋਕ ਇੱਦਾਂ ਹੀ ਮੀਨਿੰਗ ਵੀਡੀਓ ਵਗੈਰਾ ਵੇਖਦੇ ਆ, ਮੋਟਰਸਾਈਕਲ ਮੋਡੀਫਾਈਡ ਕਰਦੇ, ਸਾਈਕਲ ਕਰਦੇ ਆ, ਅਤੇ ਮੇਰਾ ਵੀ ਉਹਨਾਂ ਚੀਜ਼ਾਂ ਵੱਲ ਵੇਖ ਕੇ ਮੇਰਾ ਵੀ ਜੀ ਕਰਦਾ ਸੀ। ਅਤੇ ਮੈਂ ਇੱਦਾਂ ਹੀ ਪਹਿਲਾਂ ਮੇਰੀ ਸਟਾਰਟਿੰਗ ਕੀਤੀ ਸੀ, ਜਿਹੜੇ ਛੋਟੇ ਸੇਲ ਹੁੰਦੇ ਆ, ਉਦੋਂ ਮੈਂ 2-2 ਵੋਲਟੇਜ ਦੇ ਬਲਬ ਤੋਂ ਸਟਾਰਟਿੰਗ ਕੀਤੀ ਸੀ, ਅਤੇ ਫਿਰ ਮੈਂ 9 ਵੋਲਟੇਜ ਦੀ ਬੈਟਰੀ ਤੋਂ ਕੀਤਾ, ਅਤੇ ਹੌਲੀ ਹੌਲੀ ਮੈਨੂੰ ਆਪਣੇ ਆਪ ਹੀ ਮੀਨਿੰਗ ਇਸ ਚੀਜ਼ ਦੀ ਨੌਲੇਜ ਹੋ ਗਈ, ਮੀਨਿੰਗ ਜਿਵੇਂ ਹੁਣ ਮੈਂ ਕੰਮ ਕਰਦਾ ਗਿਆ ਤਾਂ ਮੈਨੂੰ ਆਪਣੇ ਆਪ ਹੀ ਦੀ ਨੌਲੇਜ ਹੋ ਗਈ, ਅਤੇ ਜਿਹਦੇ ਕਰਕੇ ਮੈਨੂੰ ਇਹ ਅੱਜ ਮੈਂ ਬੈਟਰੀ ਦੇ ਚਲਾ ਸਕਦਾ ਸਾਰਾ ਕੁਝ। ਅੱਗੇ ਜਿਹੜਾ ਕਿ ਪ੍ਰੋਸੈਸ ਹੈ ਤੁਹਾਡਾ, ਇਹਨੂੰ ਹੋਰ ਵੀ ਮੋਡੀਫਾਈ ਵੀ ਕਰੋਗੇ? ਹਾਂਜੀ, ਅੱਗੇ ਮੇਰਾ ਇਹ ਪ੍ਰੋਸੈਸ ਹੈ ਹੁਣ ਕਿ ਇਹ ਮੈਂ ਸਾਰੇ ਸਾਈਕਲ ਉੱਤੇ ਲਾਈਟਿੰਗ ਵੀ ਥੋੜ੍ਹੀ ਜਿਹੀ ਵਧਾਊਂਗਾ, ਅਤੇ ਹੁਣ ਜਿੰਨੀਆਂ ਮੈਂ ਤੁਹਾਨੂੰ ਇਹ ਤਾਰਾਂ ਇੱਦਾਂ ਦੇਖ ਰਹੀ ਹਾਂ ਵੀ ਸਾਰੀਆਂ ਤਾਰਾਂ ਨੂੰ ਕਵਰ ਕਰਨਾ ਹੈ, ਜਿਹਨਾਂ ਮੀਨਿੰਗ ਸਾਈਕਲ ਵਿੱਚ ਇੱਕ ਵੀ ਤਾਰ ਨਾ ਨਜ਼ਰ ਆਵੇ। ਅਤੇ ਹੁਣ ਮੈਂ ਸੋਚ ਰਿਹਾ ਕਿ ਹੁਣ ਇਹਦੇ ਵਿੱਚ ਮੈਂ ਹੂਟਰ ਅਤੇ ਹੋਰ ਵੀ ਇਹਦੇ ਵਿੱਚ ਮੈਂ ਹੋਰਨ ਫਿੱਟ ਕਰਨੇ ਆ। ਜੁਗਾੜ ਬਣਾਇਆ ਜਿਹਨਾਂ ਕੋਈ ਬੰਦਾ ਰੱਖੇਗਾ ਤੇ ਇੱਥੇ ਪੈਰ ਰੱਖ ਸਕਦਾ ਹੈ। ਇਹ ਹੁਣ ਜਿਵੇਂ ਐਸੇ ਨੀਚੇ ਚਲੇ ਆਉਂਦੀ ਪਰ ਇਹ ਟੁੱਟੂਗੀ ਨੀ, ਇਹਨਾਂ ਨੀਚੇ ਚਲੇ ਆਉਣਾ, ਇਹ ਤਾਂ ਫੋਲਡ ਵੀ ਹੋ ਜਾਂਦੀ ਅੰਦਰ ਨੂੰ। ਤੁਸੀਂ ਇਹ ਕਰ ਰਹੇ ਹੋ ਤੇ ਕਿੰਨਾ ਟਾਈਮ ਲੱਗਾ ਟੋਟਲ ਇਹਨੂੰ ਤਿਆਰ ਹੋਣ ਵਿੱਚ? ਇਹਨੂੰ ਤਿਆਰ ਹੋਣ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮੈਨੂੰ ਹੁਣ ਜਿਵੇਂ ਪਹਿਲਾਂ ਮੈਂ ਛੋਟਾ ਹੁੰਦਾ ਸੀ, ਮੈਂ ਹੌਲੀ ਹੌਲੀ ਕੀਤਾ, ਜੋ ਮੈਂ ਛੋਟਾ ਹੁੰਦਾ ਸੀ ਉਦੋਂ ਮੈਨੂੰ ਥੋੜਾ ਚਿਰ ਲੱਗਾ, ਤੇ ਜੇ ਆਪਾਂ ਸਾਰਾ ਲਾਈਏ ਕਿ ਮੈਨੂੰ ਟਾਈਮ ਲੱਗ ਗਿਆ ਹੈ ਕਿ 2-3 ਦਿਨਾਂ ਦਾ ਟਾਈਮ ਲੱਗਾ ਸੀ। ਹੁਣ ਇਹਦੀ ਮੈਂ ਨਿਊ ਲੁੱਕ 1-2-3 ਦਿਨ ਹੋਏ ਮੈਂ ਤਿਆਰ ਕੀਤੀ ਹੈ, ਜਿਸ 'ਚ ਮੈਂ ਆਹ ਨਿਊ ਲਾਈਟਿੰਗ ਕੀਤੀ ਹੈ। ਪਹਿਲਾਂ ਇਹ 'ਚ 4 ਵੋਲਟੇਜ ਦੇ ਬਲਬ ਲੱਗੇ ਸੀ, ਉਹ ਵੀ ਮੇਰੇ ਤੋਂ ਵੀਡੀਓ ਹੈਗੀ, ਅਤੇ ਮੇਰੀ ਕਲਾਸ ਹੈ, ਮੈਂ 4th ਕਲਾਸ ਵਿੱਚ ਪੜ੍ਹਦਾ ਹੈ, ਅਤੇ ਮੇਰੀ ਮੀਨਿੰਗ ਸਟੱਡੀ ਵਿੱਚ ਵੀ ਵਧੀਆ ਹੈ, ਮੇਰੀ ਮੀਨਿੰਗ ਫਸਟ ਪੋਜੀਸ਼ਨ ਆਉਂਦੀ ਹੈ ਸਕੂਲ ਵਿੱਚ। ਸਕੂਲ ਵਾਲਿਆਂ ਨੂੰ ਪਤਾ ਵੀ ਇੰਨਾ ਵੱਡਾ ਜਿਹੜਾ ਉਹ ਇੰਜੀਨੀਅਰ ਸਾਡੇ ਸਕੂਲ ਦੇ ਵਿੱਚ ਪੜ੍ਹਦਾ? ਸਕੂਲ ਵਾਲਿਆਂ ਨੂੰ ਇਹ ਮੇਰੀ ਚੀਜ਼ ਬਾਰੇ ਮੀਨਿੰਗ ਅਜੇ ਮੈਂ ਦੱਸਿਆ ਨਹੀਂ, ਨੌਲੇਜ ਇੰਨਾ ਨਹੀਂ ਪਤਾ, ਪਰ ਇੰਨਾ ਹੈਗਾ ਕਿ ਮੈਨੂੰ ਪੂਰੇ ਸਕੂਲ ਵਿੱਚ ਮੀਨਿੰਗ ਸਾਰਾ ਸਕੂਲ ਨੂੰ ਇੰਨਾ ਮੈਂ ਪਤਾ ਕਿ ਹੁਣ ਮੈਨੂੰ ਕਈ ਵਾਰ ਕੋਈ ਟੀਚਰ ਕਹਿੰਦੇ ਆ ਕਿ ਤੁਸੀਂ ਹੁਣ ਜਿਵੇਂ ਕਹਿ ਦਿੰਦੇ ਕੋਈ ਟੀਚਰ ਕਿ ਜੇ ਤੁਸੀਂ ਇਹਨੂੰ ਹੱਥ ਲਗਾਓ ਕਿ ਕੀ ਕਹਿੰਦੇ ਹੁਣ ਜਿਵੇਂ ਪਲੱਗ ਉਹਨੂੰ ਹੱਥ ਲਗਾਓ ਤੇ ਆਪਾਂ ਨੂੰ ਕਰੰਟ ਪਏਗਾ, ਪਰ ਮੈਂ ਮੈਮ ਨੂੰ ਕਹਿੰਦਾ ਕਿ ਇਹ ਸੋਚਣਾ ਵੀ ਨਹੀਂ ਹੁੰਦਾ ਕਿ ਤੁਸੀਂ ਮੈਮ ਇਹ ਵੀ ਕਈ ਕਹਿ ਦਿੰਦੇ ਕਿ ਸੁੱਚ ਚਲਾਓਗੇ ਤਾਂ ਫਿਰ ਪਊਗਾ। ਮੈਂ ਮੈਮ ਨੂੰ ਇੱਕ ਦਿਨ ਇਹ ਵੀ ਡਾਊਟ ਕਲੀਅਰ ਕੀਤਾ ਸੀ ਕਿ ਮੈਮ ਸੁੱਚਣਾ ਹੀ ਨਹੀਂ ਹੁੰਦਾ, ਮੀਨਿੰਗ ਇਹ ਵੀ ਉਹ ਸਾਧਨ ਨੂੰ ਡਾਇਰੈਕਟ ਬੱਤੀ ਵੀ ਲੱਗੀ ਉਹ ਸਾਧੇ ਜਿਹਨਾਂ ਸੁੱਚਣਾ ਨਾ ਕੰਡਕਟ ਹੋਵੇ, ਤੇ ਮੈਂ ਇਹ ਵੀ ਕਿਹਾ ਕਿ ਜੇ ਬਾਹਰ ਰੱਖਾਂਗੇ ਉਂਗਲ ਉਹਦੇ ਨਾਲ ਨਹੀਂ ਹੁੰਦਾ, ਜੇ ਆਪਣੀਆਂ ਦੋਵੇਂ ਉਂਗਲਾਂ ਪਲੱਸ ਪਲੱਸ ਤੇ ਮਾਈਨਸ ਮੀਨਿੰਗ ਪੋਜ਼ਿਟਿਵ ਤੇ ਨੈਗੇਟਿਵ ਇਕੱਠਾ ਜੁੜ ਦੇਣਗੇ ਤੇ ਉਹਦੇ ਨਾਲ ਕਰੰਟ ਪੈਦਾ ਹੋਏਗਾ, ਉਦਾਂ ਹੋਏਗਾ ਨਹੀਂ ਕਰੰਟ ਪੈਦਾ। ਕਦੀ ਝਟਕਾ ਤਾਂ ਨਹੀਂ ਲੱਗਾ? ਮੈਨੂੰ ਨਹੀਂ ਜੀ, ਮੈਨੂੰ ਕਦੀ ਝਟਕਾ ਨਹੀਂ ਲੱਗਿਆ ਹਜੇ ਤੱਕ। ਮੇਰੇ ਸਕੂਲ ਦਾ ਨਾਮ ਹੈ ਜੀ ਕਰਗੀਧਰ ਪਬਲਿਕ ਸਕੂਲ, ਜਿਹੜਾ ਖੇਮਕਰ ਰੋਡ ਭਿੱਖੀਵਿੰਡ 'ਚ ਆ, ਅਤੇ ਜਿਹੜੇ ਪ੍ਰਿੰਸੀਪਲ ਹੈ ਉਹਨਾਂ ਵੱਲੋਂ ਵੀ ਮੈਨੂੰ ਬੜਾ ਸਹਿਯੋਗ, ਮੈਨੂੰ ਸਪੋਰਟ ਕਰਦੇ ਆ, ਜਿਨ੍ਹਾਂ ਦਾ ਨਾਮ ਹੈ ਬੁੱਢਾ ਸਿੰਘ ਮੱਲੀ, ਅਤੇ ਉਹ ਮੈਨੂੰ ਬੜਾ ਸਪੋਰਟ ਕਰਦੇ ਆ ਕਿਉਂਕਿ ਮੇਰੀ ਪੜ੍ਹਾਈ 'ਚ ਵਧੀਆ ਹੈ ਮੈਂ, ਅਤੇ ਉਹਨਾਂ ਨੇ ਮੀਨਿੰਗ ਹੁਣ ਮੈਨੂੰ 3 ਜਿੰਨੀ ਵਾਰ ਵੀ ਮੈਂ ਇੱਥੇ ਸਕੂਲ 'ਚ ਪੜ੍ਹਿਆ ਹੈ ਅਤੇ ਮੇਰੀ ਫਸਟ ਪੁਜੀਸ਼ਨ ਆਈ ਹੈ। ਜਦੋਂ ਮੈਂ ਇੱਥੇ ਫਸਟ ਵਾਰ ਪਹਿਲੀ ਵਾਰ ਪਿਆ ਸੀ ਸਕੂਲ ਵਿੱਚ, ਸਕੂਲ ਵਾਲਿਆਂ ਨੇ ਇੱਕ ਟੈਸਟ ਪਾਇਆ ਸੀ, ਉਹ ਟੈਸਟ ਵਿੱਚ ਮੇਰੇ ਥੋੜ੍ਹੇ ਜਿਹੇ ਘੱਟ ਮਾਰਕਸ ਆ ਗਏ ਸੀ, ਅਤੇ ਸਰ ਨੇ ਕਿਹਾ ਸੀ ਕਿ ਤੁਸੀਂ ਅੱਗੇ ਵਧੋਗੇ, ਅਤੇ ਉਹੀ ਸਰ ਨੇ ਫਿਰ ਕਿਹਾ ਸੀ ਕਿ ਚਲੋ ਮੈਨੂੰ ਤੁਹਾਡੇ ਯਕੀਨ ਤੁਸੀਂ ਅੱਗੇ ਵਧੋਗੇ, ਅਤੇ ਫਿਰ ਉਹਨਾਂ ਨੇ ਮੈਨੂੰ ਸਕੂਲ ਵਿੱਚ ਉਦੋਂ ਰੱਖ ਲਿਆ ਸੀ, ਅਤੇ ਫਿਰ ਮੈਂ ਜਦੋਂ ਵੀ ਉਹ ਵਾਲੇ ਸਕੂਲ 'ਚ ਗਿਆ ਤਾਂ ਮੇਰੀ ਕਦੀ ਫਸਟ ਤੋਂ ਘੱਟ ਪੁਜੀਸ਼ਨ ਨਹੀਂ ਆਈ, ਮੇਰੇ ਹਰ ਵਾਲੀ ਫਸਟ ਪੁਜੀਸ਼ਨ ਹੀ ਆਈ ਹੈ ਸਕੂਲ ਵਿੱਚ।